ऑल इंडिया रेलवे मैन फेडरेशन की तरफ से पुरानी पेंशन स्कीम लागू करने के मकसद से 4 दिन की भूख हड़ताल रखी गई। जॉइंट फोरम ऑफ रिजॉर्ट पेंशन स्कीम के बैनर तले नई जॉइंट फोरम ऑफ रिस्टोर पेंशन स्कीम के बैनर तले नई पेंशन स्कीम को बहाल करवाने के लिए 8 जनवरी से लेकर 11 जनवरी तक पूरे देश में भूख हड़ताल की जा रही है। ਸਾਡੀ ਅੱਜ ਦੀ ਜਿਹੜੀ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਔਰ ਜੁਆਇੰਟ ਫੋਰਮ ਆਫ ਰੀਲ ਸਟੋਰ ਓਲਡ ਪੈਨਸ਼ਨ ਸਕੀਮ ਦੇ ਬੈਨਰ ਥੱਲੇ ਪੂਰੇ ਇੰਡੀਆ 'ਚ ਸਾਡੇ ਜਿਹੜੇ ਸੈਂਟਰ ਦੇ ਕਰਮਚਾਰੀ ਨੇ ਉਹ OPS ਦੀ ਬਹਾਲੀ ਵਾਸਤੇ ਇਕੱਠੇ ਨੇ। ਤਮਾਮ ਲੀਡਰਸ਼ਿਪ ਜਿਹੜੀ ਹੈ ਉਹ 4 ਦਿਨ ਵਾਸਤੇ 8 ਜਨਵਰੀ ਤੋਂ ਲੈ ਕੇ 11 ਜਨਵਰੀ ਤੱਕ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਦੀ ਭੁੱਖ ਹੜਤਾਲ ਕਰ ਰਹੀ ਹੈ। ਸਾਡੀ ਸਿਰਫ ਮੁੱਖ ਮੰਗ ਇਹੀ ਹੈ ਕਿ ਜਿਹੜੀ ਨਈ ਪੈਨਸ਼ਨ ਸਕੀਮ ਹੈ ਉਹ ਕਰਮਚਾਰੀਆਂ ਦੇ ਹੱਕ 'ਚ ਨਹੀਂ ਹੈਗੀ ਆ, ਉਹਨੂੰ ਰੱਦ ਕੀਤਾ ਜਾਵੇ ਔਰ ਉਹ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਜਿਹੜੀ ਕਿ ਆਮ ਰੇਲਵੇ ਕਰਮਚਾਰੀ ਦੇ ਬੁਢਾਪੇ ਦੀ ਲਾਠੀ ਹੈ। ਸਾਡਾ ਸਿਰਫ ਇਹੀ ਕਹਿਣਾ ਹੈ ਕਿ ਇੱਕ ਕਰਮਚਾਰੀ ਆਪਣੇ ਬੱਚੇ 'ਤੇ ਇੰਨਾ ਯਕੀਨ ਨਹੀਂ ਕਰ ਸਕਦਾ ਜਿੰਨਾ ਕਿ ਆਪਣੀ ਇਸ ਪੈਨਸ਼ਨ 'ਤੇ ਕਰ ਸਕਦਾ, ਜਿਹੜਾ ਕਿ ਉਹਦਾ ਲਾਸਟ ਹਥਿਆਰ ਹੁੰਦਾ ਹੈ, ਜਿਹੜਾ ਉਹਦਾ ਜੀਵਨ ਗੁਜ਼ਾਰਨ ਵਾਸਤੇ ਉਹਦੇ ਵਾਸਤੇ ਸਾਥ ਰਹਿੰਦੀ ਹੈ। ਸਾਡੀ ਇਹੀ ਮੰਗ ਹੈ ਕਿ ਓਲਡ ਪੈਨਸ਼ਨ ਸਕੀਮ ਜਿਹੜੀ ਆ ਉਹ ਲਾਗੂ ਹੋਣੀ ਚਾਹੀਦੀ ਹੈ ਔਰ ਰੇਲਵੇ 'ਚ ਜਿਹੜਾ ਲਗਾਤਾਰ ਨਿੱਜੀਕਰਨ ਨਿਗਮੀਕਰਨ ਹੋ ਰਿਹਾ ਉਹਦੇ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ। ਰੇਲਵੇ ਤੰਤਰ ਨੂੰ ਜਿਹੜਾ ਵੇਚਣ ਦਾ ਕੰਮ ਕੇਂਦਰ ਸਰਕਾਰ ਨੇ ਸ਼ੁਰੂ ਕੀਤਾ ਉਹਦੇ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ, ਸਾਡੀ ਇਹੀ ਮੰਗ ਚੱਲ ਰਹੀ ਹੈ। ਹਾਂਜੀ ਸਰ, ਭੁੱਖ ਹੜਤਾਲ ਭੁੱਖ ਹੜਤਾਲ ਦੇ ਵਿੱਚ ਹਮਾਰੀ ਵਿਸ਼ੇਸ਼ ਤੌਰ 'ਤੇ ਕੀ ਮੰਗ ਹੈ ਕਿ ਜੋ ਹਮਾਰੀ NPS 2001-2004 ਕੇ ਬਾਅਦ ਜੋ NPS ਕੇ ਰੂਪ ਮੇ ਹਮਾਰੇ ਥੋਪਾ ਗਿਆ, ਕੇਂਦਰ ਕਰਮਚਾਰੀ ਹੋ ਜਾਂ ਰਾਜ ਕਰਮਚਾਰੀ ਹੋ, ਤੋ ਉਸਕੇ ਬਾਰੇ ਉਸਕੇ ਵਿਰੋਧ ਮੇ 8 ਜਨਵਰੀ ਸੇ ਲੇਕਰ ਕੇ 11 ਜਨਵਰੀ ਤੱਕ ਆਲ ਇੰਡੀਆ ਰੇਲਵੇ ਲੈਵਲ ਪਰ ਇਹ ਕੇਂਦਰ ਸਰਕਾਰ ਕਰਮਚਾਰੀ ਨਹੀਂ, ਸਟੇਟ ਗੌਰਮੈਂਟ ਕੇ ਕਰਮਚਾਰੀ ਵੀ ਇਸ ਹੜਤਾਲ ਮੇ ਸ਼ਾਮਿਲ ਹੈ ਔਰ ਹਮਾਰੇ ਜੋ ਦਿਸ਼ਾ ਨਿਰਦੇਸ਼ ਜੋ ਲੀਡਰਸ਼ਿਪ ਨੇ ਆਲ ਇੰਡੀਆ ਰੇਲਵੇ ਫੈਡਰੇਸ਼ਨ ਨੇ ਜੋ ਦੀਏ ਗਏ ਹੈ, ਉਹ ਅਗਰ ਇਹ ਗੌਰਮੈਂਟ ਸਰਕਾਰ ਇਸ ਚੀਜ਼ ਕੋ ਨਹੀਂ ਮਾਨਤੀ ਹੈ ਤੋ ਆਉਣ ਵਾਲੇ ਸਮੇਂ ਮੇ ਹੜਤਾਲ ਕਾ ਨੋਟਿਸ ਦੇ ਕਰ ਨਿਸ਼ਚਿਤ ਤੌਰ ਪਰ ਹਮ ਹੜਤਾਲ ਪਰ ਜਾਣੇ ਕਾ ਕਾਮ ਕਰੇਂਗੇ। ਯਹੀ ਹਮਾਰੀ ਮੁੱਖ ਮੰਗ ਹੈ ਕਿ NPS ਕੋ ਰੱਦ ਕੀਆ ਜਾਏ ਔਰ ਪੁਰਾਣੀ ਪੈਨਸ਼ਨ ਹਮਾਰੀ ਬਹਾਲ ਕੀ ਜਾਏ। ਨਮਸਕਾਰ, ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ, ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।